ਤੁਹਾਡੀ ਫਿਲਮ ਆ ਰਹੀ ਹੈ ਬਾਰੇ ਕੀ ਕਹਿਣਾ ਚਾਹੁੰਦੇ? ਸਭ ਤੋਂ ਪਹਿਲਾਂ ਤਾਂ ਫਤਿਹ ਕੁਰਬਾਨ ਹੋ ਗਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਦਰਬਾਰ ਸਾਹਿਬ ਨਤਮਸਤਕ ਹੋਣ ਆ ਰਹੇ ਹਾਂ ਕਿਉਂਕਿ ਸਾਡੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ 31 ਮਈ ਨੂੰ ਅੱਲੜ ਵਰੇਸ। ਅਸੀਂ ਜਦੋਂ ਵੀ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਜਾਂ ਕੋਈ ਵੀ ਐਸਾ ਸ਼ੁਭ ਕਰਮ ਕਰਦੇ ਹਾਂ ਤਾਂ ਅਸੀਂ ਪਹਿਲਾਂ ਮਹਾਰਾਜ ਦਾ, ਬਾਬਿਆਂ ਦਾ, ਹਰਿਮੰਦਰ ਸਾਹਿਬ ਆ ਕੇ ਆਸ਼ੀਰਵਾਦ ਲੈਂਦੇ ਹਾਂ। ਸੋ ਉਹਨਾਂ ਦੇ ਕਹਿੰਦੇ ਹੱਥ ਤੋਂ ਬਿਨਾਂ ਕੋਈ ਕਾਰਜ ਸਿਰੇ ਨਹੀਂ ਚੜ੍ਹਦਾ। ਸੋ ਅਸੀਂ ਸਾਰੀ ਟੀਮ ਅੱਜ ਆਸ਼ੀਰਵਾਦ ਲੈਣ ਆਈ ਹੈ। ਮੈਂ ਜਿੰਮੀ ਸ਼ਰਮਾ, ਜਾਨਵੀਰ ਸਾਡੇ ਡਾਇਰੈਕਟਰ ਸਾਹਿਬ, ਸ਼ਿਵਮ ਸ਼ਰਮਾ, ਗੁਰਮੀਤ ਜੀ ਪ੍ਰੋਡਕਸ਼ਨ ਇੰਚਾਰਜ। ਸੋ ਸਾਡਾ ਸਭ ਤੋਂ ਵੱਡਾ ਮੋਟਿਵ ਇਹੀ ਸੀ ਕਿ ਅੱਜ ਅਸੀਂ ਬਾਬਿਆਂ ਦੇ ਚਰਨਾਂ ਚਾਹੀਏ ਅਤੇ ਆਸ਼ੀਰਵਾਦ ਲਈਏ। ਮੈਂ ਇਹਦੇ ਵਿੱਚ ਹੀਰੋ ਦੇ ਫਾਦਰ ਦਾ ਕਿਰਦਾਰ ਕਰ ਰਿਹਾ ਅਤੇ ਬਹੁਤ ਵਧੀਆ ਕਿਰਦਾਰ ਹੈ। ਐਕਚੁਅਲੀ ਤਾਂ ਸਾਰੀ ਫਿਲਮ ਹੀ ਬਹੁਤ ਵਧੀਆ ਕਿਉਂਕਿ ਇਹ ਸਮਾਜਿਕ ਫਿਲਮ ਹੈ, ਸਾਡੇ ਰਿਸ਼ਤਿਆਂ ਦੀ ਗੱਲ ਕਰਦੀ ਹੈ, ਸਾਡੇ ਸੱਭਿਆਚਾਰ ਨਾਲ ਜੁੜੀ ਫਿਲਮ ਹੈ ਅਤੇ ਰਿਸ਼ਤਿਆਂ ਦੀ ਮਹੱਤਤਾ ਬਾਰੇ ਗੱਲ ਕਰਦੀ ਹੈ। ਸੋ ਮੇਨ ਇਹਦਾ ਇਹੀ ਹੈ, ਜਿਹੜੀ ਕਮਿੰਗ ਜਨਰੇਸ਼ਨ ਹੈ, ਜਿਹੜੇ ਅੱਜ ਕੱਲ੍ਹ ਦੇ ਨੌਜਵਾਨ ਨੇ, ਉਹਨਾਂ ਨੂੰ ਕਿਸ ਤਰ੍ਹਾਂ ਦੇ ਹੋਣਾ ਚਾਹੀਦਾ, ਉਹਨਾਂ ਦੇ ਕਿੱਦਾਂ ਦੇ ਕਾਰਜ ਹੋਣੇ ਚਾਹੀਦੇ ਨੇ, ਮਾਂ ਬਾਪ ਨਾਲ ਉਹਨਾਂ ਦਾ ਕੀ ਸੰਬੰਧ ਹੋਣਾ ਚਾਹੀਦਾ, ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਮਾਂ ਬਾਪਾਂ ਦਾ ਆਪਣੇ ਬੱਚਿਆਂ ਪ੍ਰਤੀ ਕਿਸ ਤਰ੍ਹਾਂ ਦਾ ਰਵੱਈਆ ਹੋਣਾ ਚਾਹੀਦਾ, ਇਹ ਸਭ ਕਾਸੇ ਦੀ ਗੱਲ ਕਰਦੀ ਫਿਲਮ ਹੈ। ਸਰੋਤਿਆਂ ਨੂੰ ਮੈਸੇਜ ਇਹੀ ਹੈ, ਮੈਂ ਐਕਚੁਅਲੀ ਅਸੀਂ ਫਿਲਮ ਦੇ ਜ਼ਰੀਏ ਹੀ ਮੈਸੇਜ, ਅਸੀਂ ਆਪਣੇ ਆਪ 'ਚ ਇੰਨੇ ਕੋਈ ਵੱਡੇ ਨਹੀਂ, ਪਰ ਸਾਡੇ ਸਾਰਾ ਇੱਕ ਸਮੂਹ ਹੈ, ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਇੱਕ ਅੱਛੀ ਫਿਲਮ ਬਣਾਉਣ ਦੀ, ਸਿੱਖਿਆ ਦਾਇਕ ਫਿਲਮ ਬਣਾਉਣ ਦੀ, ਅਤੇ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰੂੰਗਾ ਕਿ ਫਿਲਮ 31 ਮਈ ਨੂੰ ਜ਼ਰੂਰ ਸਿਨੇਮਾ ਘਰਾਂ ਵਿੱਚ ਦੇਖਣਾ ਹੈ, ਕਿਉਂਕਿ ਇਹ ਤੁਹਾਡੀ ਫਿਲਮ ਹੈ, ਉਹਨਾਂ ਦੀ ਆਪਣੀ ਫਿਲਮ ਹੈ, ਉਹਨਾਂ ਦੇ ਸੁਭਾਅ ਦੀ ਗੱਲ ਕਰਦੀ ਫਿਲਮ ਹੈ, ਰਿਸ਼ਤਿਆਂ ਦੀ ਬਾਤ ਪਾਉਂਦੀ ਫਿਲਮ ਹੈ। ਸੋ ਮੈਂ ਫਿਰ ਇੱਕ ਵਾਰ ਸਾਰਿਆਂ ਨੂੰ ਫਿਰ ਗੁਜ਼ਾਰਿਸ਼ ਕਰਾਂਗਾ ਕਿ ਤੁਸੀਂ 31 ਮਈ ਨੂੰ ਨੇੜੇ ਸਿਨੇਮਾ ਘਰਾਂ 'ਚ ਜਾ ਕੇ ਸਾਡੀ ਫਿਲਮ ਨੂੰ ਜ਼ਰੂਰ ਹੁੰਗਾ। ਦੇਖੋ, ਸਾਡੀ ਫਿਲਮ ਆ ਰਹੀ ਜੀ ਅੱਲੜ ਵਰੇਸ, ਅਸੀਂ ਬਾਬਾ ਜੀ ਦਾ ਆਸ਼ੀਰਵਾਦ ਲੈਣੇ ਆਏ ਹਾਂ, ਜਿਹਨਾਂ ਬਾਬਾ ਜੀ ਦੀ ਕਿਰਪਾ ਹੋ ਗਈ ਤਾਂ ਬਸ ਸਾਡੀ ਫਿਲਮ ਸੁਪਰਹਿੱਟ ਹੋ ਜਾਣੀ ਹੈ, ਅਤੇ ਜਿੰਨਾ ਸੋਹਣਾ ਨਾਮ ਹੈ ਉੰਨੀ ਸੋਹਣੀ ਫਿਲਮ ਹੈ, ਪਰਿਵਾਰਿਕ ਫਿਲਮ ਹੈ, ਤੁਸੀਂ ਪੂਰੀ ਫੈਮਿਲੀ ਦੇ ਨਾਲ ਦੇਖ ਸਕਦੇ ਹੋ, ਅਤੇ ਬਹੁਤ ਸੋਹਣੇ ਮੈਸੇਜ ਹੈ ਨਾ, ਜੋ ਰਿਸ਼ਤੇ ਨਾਤੇ ਅੱਜ ਕੱਲ੍ਹ ਦੇ ਦੌਰ 'ਚ ਕਿਤੇ ਗੁੰਮ ਹੋ ਗਏ ਨੇ, ਉਹ ਸਾਰਾ ਕੁਝ ਨੂੰ ਦੇਖਣ 'ਚ ਮਿਲੇਗਾ। ਮੈਸੇਜ ਇਹ ਹੈ ਕਿ ਤੁਸੀਂ ਪੂਰੇ ਪਰਿਵਾਰ ਦੇ ਨਾਲ ਅੱਜ ਦੇ ਡੇਟ ਦੇ ਵਿੱਚ ਪੂਰੇ ਪਰਿਵਾਰ ਦੇ ਨਾਲ ਤੁਸੀਂ ਫਿਲਮ ਦੇਖ ਸਕਦੇ ਹੋ। ਟ੍ਰੇਲਰ ਨੂੰ ਬਹੁਤ ਹੀ ਹੁੰਗਾਰਾ ਮਿਲ ਰਿਹਾ, ਬਹੁਤ ਵਧੀਆ ਲੱਗ ਰਿਹਾ ਲੋਕਾਂ ਨੂੰ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਟ੍ਰੇਲਰ ਵੀ ਸਾਡਾ ਬਹੁਤ ਸੋਹਣਾ ਹੈ, ਸਾਡੀ ਟੀਮ, ਸਾਡਾ ਵਰਕ ਬਹੁਤ ਸੋਹਣਾ ਹੈ, ਟ੍ਰੇਲਰ ਇੰਨਾ ਪਸੰਦ ਕਰਿਆ ਜਾ ਰਿਹਾ, ਕੱਲ੍ਹ ਸਾਡਾ ਟਾਈਟਲ ਸੌਂਗ ਰਿਲੀਜ਼ ਹੋਇਆ, ਇੰਨਾ ਪਸੰਦ ਆਇਆ, ਇੰਨੇ ਫੋਨ ਆ ਰਹੇ ਜਿੰਮੀ ਭਾਅ ਜੀ ਨੂੰ, ਜਾਨਵੀ ਨੂੰ, ਕਿ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਕਿ ਸਾਨੂੰ ਖੁਸ਼ੀ ਹੈ ਕਿ ਜੇ ਸਾਡਾ ਕੰਮ ਕਰਿਆ ਵਾ ਲੋਕਾਂ ਨੂੰ ਪਸੰਦ ਆ ਰਿਹਾ, ਸਾਡਾ ਯੂਥ ਜੋ ਉਸ ਗਾਣੇ ਨੂੰ ਇੰਜੋਏ ਕਰ ਰਹੇ, ਰੀਲਾਂ ਬਣ ਰਹੀਆਂ ਨੇ। ਥੈਂਕ ਯੂ ਸਰ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਮ, ਅੱਜ ਜੋ ਆਏ ਹੋ ਤੁਸੀਂ ਹਰਿਮੰਦਰ ਸਾਹਿਬ ਨਤਮਸਤਕ ਹੋਏ, ਉਹਦੇ ਬਾਰੇ ਕੀ ਕਹਿਣਾ? ਅਸੀਂ ਮਹਾਰਾਜ ਦਾ ਆਸ਼ੀਰਵਾਦ ਲੈਣ ਆਏ ਹਾਂ, ਜਦੋਂ ਵੀ ਕੋਈ ਔਂਕੜਾਂ ਆਈਆਂ ਨੇ ਜਾਂ ਆਉਂਦੀਆਂ ਨੇ, ਅਸੀਂ ਹਮੇਸ਼ਾ ਪਰਮਾਤਮਾ ਨੂੰ ਯਾਦ ਕਰਦੇ ਹਾਂ, ਅਤੇ ਜਦੋਂ ਕੋਈ ਅੱਛਾ ਵਕਤ ਵੀ ਆਉਣ ਵਾਲਾ ਹੁੰਦਾ ਅਸੀਂ ਆਸ਼ੀਰਵਾਦ ਜ਼ਰੂਰ ਲੈਣ ਆਉਂਦੇ ਹਾਂ। ਸੋ ਉਸੀ ਥਿੰਕਿੰਗ ਦੇ ਨਾਲ ਔਰ ਉਸੀ ਸ਼ਰਧਾ ਭਾਵ ਦੇ ਨਾਲ ਅਸੀਂ ਇੱਥੇ ਦਰਬਾਰ ਸਾਹਿਬ ਆਏ ਹਾਂ, ਔਰ ਸਾਡੀ ਫਿਲਮ ਆ ਰਹੀ ਹੈ ਜੀ 31 ਮਈ ਨੂੰ, ਅਤੇ ਅਸੀਂ ਚਾਹਵਾਂਗੇ ਕਿ ਤੁਸੀਂ ਸਾਰੇ ਜ਼ਰੂਰ ਦੇਖੋ। ਮੈਂ ਫਿਲਮ ਦੇ ਵਿੱਚ ਕਿਸ ਤਰ੍ਹਾਂ ਦਾ ਕਿਰਦਾਰ ਤੁਹਾਡਾ? ਮੇਰਾ ਕਿਰਦਾਰ ਨੂਰ ਦਾ ਏ, ਅਤੇ ਜਿਹਦੇ ਵਿੱਚ ਦੋ ਡਿਫਰੈਂਟ ਸ਼ੇਡਸ ਨੇ ਕੁੜੀ ਦੇ, ਕਿ ਜਦੋਂ ਉਸਦੀ ਜ਼ਿੰਦਗੀ ਹਰੀ ਭਰੀ ਹੁੰਦੀ ਹੈ, ਇੱਕ ਅਨਾਥ ਹੁੰਦੀ ਹੈ ਕੁੜੀ, ਅਤੇ ਜਦੋਂ ਉਸਦੀ ਜ਼ਿੰਦਗੀ ਦੇ ਵਿੱਚ ਰਿਸ਼ਤਿਆਂ ਦੀ ਉਹਨੂੰ ਅਹਿਮੀਅਤ ਪਤਾ ਲੱਗਦੀ ਹੈ ਕਿ ਮਾਂ ਬਾਪ ਕੀ ਨੇ, ਜਾਂ ਉਹਦੀ ਜ਼ਿੰਦਗੀ ਅੱਗੇ ਕਿਵੇਂ ਚੇਂਜ ਹੁੰਦੀ ਹੈ, ਅਤੇ ਕਿਵੇਂ ਉਹਦੇ 'ਚ ਬਦਲਾਅ ਆਉਂਦਾ, ਕਿਵੇਂ ਉਹਦੀ ਇੱਕ ਸਾਦੀ ਜ਼ਿੰਦਗੀ ਦੇ ਵਿੱਚ ਰੰਗ ਭਰਾਉਂਦੇ ਨੇ। ਸੋ ਬਹੁਤ ਸੋਹਣਾ ਕਿਰਦਾਰ ਹੈ ਔਰ ਸਾਰਿਆਂ ਨੂੰ ਜ਼ਰੂਰ ਪਸੰਦ ਆ। ਮੈਸੇਜ ਕੀ ਕਹਿਣਾ ਚਾਹੁੰਦੇ ਹੋ ਆਪਣੇ? ਅੱਜ ਜਿੱਥੇ ਜਿਵੇਂ ਜਿੰਮੀ ਸ਼ਰਮਾ ਜੀ ਨੇ ਗੱਲ ਕਹੀ ਕਿ ਰਿਸ਼ਤਿਆਂ ਦੀ ਜਿੱਥੇ ਬੌਂਡਿੰਗ ਹੈ ਜਾਂ ਮਜ਼ਬੂਤੀ ਹੈ, ਉਹ ਕਿਤੇ ਨਾ ਕਿਤੇ ਗੁੰਮ ਰਹੀ ਹੈ। ਸੋ ਇਹ ਫਿਲਮ ਬਹੁਤ ਵਧੀਆ ਇੱਕ ਤਰੀਕਾ ਹੈ ਸਾਡੇ ਯੂਥ ਨੂੰ ਸਮਝਾਉਣ ਦਾ ਕਿ ਜਿਹੜੀ ਚੀਜ਼ ਗੁੰਮ ਹੋ ਰਹੀ ਹੈ ਅਸੀਂ ਉਹਨੂੰ ਕਿਵੇਂ ਬਚਾ ਸਕਦੇ ਹਾਂ ਔਰ ਕਿਵੇਂ ਦੁਬਾਰਾ ਜ਼ਿੰਦਾ ਕਰ ਸਕਦੇ ਹਾਂ। ਥੈਂਕ ਯੂ।